ਸੀ ਤੇ ਰਾਤ ਕੋਈ ਚੋਰ ਆਏ ਨੇ ਗੱਡੀ ਤੇ ਉਹ ਆਪਣੀ ਗੱਡੀ ਚ ਉਤਰ ਕੇ ਤੇ ਸਾਡੀ ਗੱਡੀ ਜਿਹੜੀ ਸੀ ਉਹਨੂੰ ਖੋਲ ਕੇ ਚਾਬੀ ਲਾ ਕੇ ਤੇ ਉਹ ਦੂਜੀ ਆਪਣੀ ਗੱਡੀ ਦੇ ਮਗਰ ਟੋਚਨ ਪਾ ਕੇ ਬੰਨ ਕੇ ਤੇ ਉਹ ਇੱਥੋਂ ਲੈ ਗਏ ਨੇ ਕੀ ਨੰਬਰ ਹੈਗਾ ਗੱਡੀ ਦਾ ਜੀ ਆਪਣੀ ਦਾ ਨੰਬਰ ਗੱਡੀ ਦਾ ਹੈਗਾ ਜੇ PB19J3467 ਕਿੰਨੇ ਜਣੇ ਹੈਗੇ ਗੱਡੀ ਵਿੱਚ ਸਵਾਰ ਜਿਹੜੇ ਗੱਡੀ ਗੱਡੀ ਦੇ ਵਿੱਚੋਂ ਇੱਕੋ ਹੀ ਬੰਦਾ ਉਤਰਿਆ ਤੇ ਇੱਕ ਡਰਾਈਵਰ ਹੋਵੇਗਾ ਉਹ ਬਾਕੀ ਪਤਾ ਨਹੀਂ ਕੋਈ ਹੈ ਕਿ ਨਹੀਂ ਕੈਮਰੇ ਦੇ ਵਿੱਚ ਜਿਹੜੀ ਫੁਟੇਜ ਆਈ ਆ ਉਹਦੇ ਵਿੱਚ ਇੱਕੋ ਹੀ ਬੰਦਾ ਜਿਹੜਾ ਸੀ ਉਹ ਬਾਹਰ ਆਉਂਦਾ ਅਤੇ ਬਾਹਰ ਆ ਕੇ ਉਹ ਗੱਡੀ ਨੂੰ ਚਾਬੀ ਲਾਉਂਦਾ ਹੈ ਉਹਨੇ ਆਪਣਾ ਮੂੰਹ ਸਿਰ ਜਿਹੜਾ ਉਹ ਚਾਦਰ ਦੇ ਨਾਲ ਲਪੇਟਿਆ ਹੋਇਆ ਸੀ ਉਹਦੀ ਪਛਾਣ ਨਹੀਂ ਹੋ ਸਕੀ ਅਤੇ ਉਹ ਗੱਡੀ ਨੂੰ ਚਾਬੀ ਲਾ ਕੇ ਅਤੇ ਸਟਾਰਟ ਨਹੀਂ ਹੋਈ ਉਹਦੇ ਕੋਲੋਂ ਪਤਾ ਨਹੀਂ ਜਾਂ ਕੀਤੀ ਨਹੀਂ ਖੁੱਲ੍ਹ ਗਈ ਆ ਇਸ ਬੰਦੀ ਕੋਈ ਦਰਖਾਸਤ ਦਿੱਤੀ ਹੋਈ ਥਾਣੇ ਹਾਂਜੀ ਪੁਲਿਸ ਮੁਲਾਜ਼ਮ ਆਏ ਸੀਗੇ ਉਹਨਾਂ ਨੇ ਅਸੀਂ ਫੋਨ ਕੀਤਾ ਉਸੇ ਵੇਲੇ ਤਕਰੀਬਨ ਅਸੀਂ 4 ਵਜੇ ਉੱਠ ਕੇ ਜਿਹੜਾ ਸੀ ਉਹ ਇਸ਼ਨਾਨ ਪਾਨ ਕਰਕੇ ਅਤੇ ਫਿਰ ਜਦੋਂ ਬਾਹਰ ਨਿਕਲੇ ਹਾਂ 4:30 ਉਦੋਂ ਗੱਡੀ ਵੇਖੀ ਆ ਅਤੇ ਗੱਡੀ ਉੱਥੋਂ ਹੈ ਨਹੀਂ ਸੀ ਫਿਰ ਅਸੀਂ ਆ ਲਾਗੇ ਸਾਡੇ ਭਾਈ ਸਾਹਿਬ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਆਪਣੇ ਕੈਮਰੇ ਦੇ ਵਿੱਚੋਂ ਫੁਟੇਜ ਕੱਢੀ ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਦੇ ਮੁਲਾਜ਼ਮ ਆਏ ਨੇ ਇੱਥੇ ਚੌਂਕੀ ਇੰਚਾਰਜ ਉਹ ਸਾਰੇ ਰਿਪੋਰਟ ਨਕਸ਼ਾ ਬਣਾ ਕੇ ਅਤੇ ਲੈ ਗਏ ਨੇ ਅਸੀਂ ਮੰਗ ਕਰਦੇ ਹਾਂ ਜੀ ਸਾਡੀ ਗੱਡੀ ਜਿਹੜੀ ਉਹ ਲੱਭ ਕੇ ਅਤੇ ਸਾਨੂੰ ਵਾਪਸ ਦਿੱਤੀ ਜਾਵੇ ਅਤੇ ਜਿਹੜੇ ਦੋਸ਼ੀ ਨੇ ਲੁੱਟਾਖੋਹਾਂ ਕਰਦੇ ਨੇ ਉਹਨਾਂ ਨੂੰ ਠੱਲ ਪਾਈ ਜਾਵੇ ਨੱਥ ਪਾਈ ਜਾਵੇ ਕਦੇ ਕਿਸੇ ਦਾ ਪਰਸ ਖੋਇਆ ਜਾਂਦਾ ਕਦੇ ਕਿਸੇ ਦੀ ਕੋਈ ਮੋਬਾਈਲ ਖੋਇਆ ਜਾਂਦਾ ਅਤੇ ਗੱਡੀਆਂ ਚੋਰੀ ਹੋ ਜਾਂਦੀਆਂ ਨੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਹੁਤ ਰੁਝਾਨ ਮਾੜਾ ਹੈ ਅਤੇ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਕੰਮ ਨੇ ਸਮਾਜ ਵਿਰੋਧੀ ਉਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਕੀ ਕਾਰਵਾਈ ਹੈ ਸਵੇਰੇ 7 ਵਜੇ ਦੇ ਕਰੀਬ ਨਿਰਮਲ ਸਿੰਘ ਸਨ ਆਫ ਗੁਰਨਾਮ ਸਿੰਘ ਵਾਸੀ ਮਾਸਟਰ ਕਲੋਨੀ ਗਲੀ ਨੰਬਰ 9 ਨੇ ਦੱਸਿਆ ਕਿ ਮੈਂ ਆਪਣੇ ਬੂਹੇ ਅੱਗੇ ਗਲੀ ਦੇ ਵਿੱਚ ਆਲਟੋ ਕਾਰ ਮਾਡਲ 2013 ਖੜੀ ਕੀਤੀ ਹੋਈ ਸੀ ਜਦ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਮੇਰੀ ਗੱਡੀ ਗਲੀ ਵਿੱਚ ਨਹੀਂ ਸੀ ਕੋਈ ਨਾਮਲੂਮ ਵਿਅਕਤੀ ਗੱਡੀ ਚੋਰੀ ਕਰਕੇ ਲੈ ਗਏ ਹਨ ਮਨ ਇਸ ਮੇਰੇ ਸਾਥੀ ਕਰਮਚਾਰੀ ਮੌਕੇ 'ਤੇ ਪੁੱਜਾ ਉੱਥੇ CCTV ਕੈਮਰਿਆਂ ਦੀ ਫੋਟੋ 'ਚ ਲਈ ਗਈ ਖੰਗਾਲੀ ਗਈ ਜਿਹਦੇ ਵਿੱਚ ਆਲਟੋ ਗੱਡੀ ਨੂੰ 5 ਮਿੰਟ ਦੇ ਵਿੱਚ ਹੀ ਆਲਟੋ ਗੱਡੀ ਦੇ ਮਗਰ ਟੋਚਨ ਕਰਕੇ ਹਾਈਵੇ ਵੱਲ ਨੂੰ ਲੈ ਗਏ ਜਿਨ੍ਹਾਂ ਦੀ ਕਾਰਵਾਈ